ਕੁਝ ਗਿਆ ਲਾਲ ਹੋ ਗਿਆ ਵਾ ਰੰਗ ਇਹਦਾ, ਅਤੇ ਖੁਸ਼ਬੂ ਵੀ ਬਹੁਤ ਵਧੀਆ ਹੋਣ ਲੱਗ ਗਈ ਹੈ। ਅਤੇ ਇਹ ਵੀ ਹਾਂਜੀ ਉਹਦੇ ਵਾਂਗੂ ਹੀ ਕੱਢ ਕੇ ਮਖਾਣੇ ਵਾਂਗੂ ਪੁੱਟ ਲੈਣੀ ਹੈ, ਫਲਾ ਤਾ ਸਾਰਾ। ਅਤੇ ਜਿੰਨਾ ਚਿਰ ਕੜਾਹੀ ਠੰਡੀ ਨਹੀਂ ਹੁੰਦੀ ਉਹਨਾਂ ਚਿਰ ਨਾ ਇਹਦੇ 'ਚ ਰੈਸਿਪੀ ਮਾਰੀ ਜਾਓ। चैनल को सब्सक्राइब करो पहले, हाँ जल्दी करो, मुझे पता है कि आप लोग नहीं करते हो, वीडियो देखते हो लेकिन सब्सक्राइब नहीं करते। लाल कलर का बटन नहीं से दबाओ, जल्दी दबाओ, जल्दी दबाओ, फिर मैं शुरू करूँ। दबा दो, जल्दी दबा दिया, घंटी भी दबा देना। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਉਮੀਦ ਤਾਂ ਤੁਸੀਂ ਠੀਕ ਹੋਵੋਗੇ। ਅਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਇੱਕ ਬਣਾਉਣ ਲੱਗੇ ਹਾਂ ਜੀ ਪੰਜੀਰੀ ਭਾਂਡਾ। ਅਤੇ ਪਹਿਲਾਂ ਆਪਾਂ ਇਹ 'ਚ ਪਾਉਣਾ ਵਾ ਦੇਸੀ ਘਿਓ, ਕੜਾਹੀ ਲੈ ਕੇ ਪਹਿਲਾਂ ਦੇਸੀ ਘਿਓ ਪਾਉਣਾ, ਠੀਕ ਹੈ ਜੀ। ਦੇਸੀ ਘਿਓ ਨੂੰ ਚੰਗੀ ਤਰ੍ਹਾਂ ਪਹਿਲਾਂ ਪਿਘਲਾ ਲਈਏ। ਇਹ ਕਾਜੂ ਕੁੱਟ ਲੈਣੇ ਆ, ਕਾਜੂ ਬਦਾਮ ਅਤੇ ਜਿਹੜਾ ਸਮਾਨ ਆ ਸਾਰਾ 2.5 ਕਿਲੋ ਦਾ ਪਹਿਲਾਂ ਘਿਓ ਪਾ ਲੈਣਾ, ਘਿਓ ਪਿਘਲ ਕੇ ਫਿਰ ਦੂਜਾ ਸਾਰਾ ਘਿਓ ਪਾ ਕੇ ਦਿਖਾਵਾਂਗੇ ਤੁਹਾਨੂੰ ਨਾਲ ਨਾਲ। ਅਤੇ ਜਿਹੜੇ ਚੈਨਲ 'ਤੇ ਨਵੇਂ ਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ। ਅਤੇ ਤੁਹਾਨੂੰ ਦਿਖਾਵਾਂਗੇ ਅੱਜ ਪੰਜੀਰੀ ਬਣਾਉਂਦੇ ਭਾਂਡਾ, ਦੋਵੇਂ ਚੀਜ਼ਾਂ ਐਵੇਂ ਮਿਕਸ ਕਰ ਲਈਆਂ। ਕਾਜੂ ਪਹਿਲਾਂ ਟੁਕੜਾ ਲਿਆਂਦਾ ਵਾ ਅਤੇ ਦੋਵੇਂ ਚੀਜ਼ ਮਿਲਾ ਲਈਆਂ। ਅਤੇ 3 ਕਿਲੋ ਦੇਸੀ ਘਿਓ ਆ, ਦੇਸੀ ਘਿਓ ਅਜੇ ਹੋਰ ਪਾਉਣਾ ਇੱਕ ਵਾਰੀ, ਸਭ ਤੋਂ ਪਹਿਲਾਂ ਫੁੱਲ ਮਖਾਣੇ ਆਪਾਂ ਭੁੰਨਣੇ ਆ। ਹੋ ਗਿਆ ਵਾ ਚਲੋ, ਅਤੇ ਉਸ ਤੋਂ ਬਾਅਦ ਜਿਵੇਂ ਐਵੇਂ ਭੁੰਨੇ ਗਏ ਆ ਅਤੇ ਆਪਾਂ ਕੱਢ ਕੇ ਇਹਨੂੰ ਐਵੇਂ ਕੱਢ ਦੇਣਾ ਵਾ। ਕੱਢਣ ਤੋਂ ਬਾਅਦ ਸਿੱਧੇ ਕੋਨੇ ਦੇ ਵਿੱਚ ਇਹਦੇ 'ਚ ਪਾਈ ਜਾਣੇ ਆ ਅਤੇ ਉੱਧਰੋਂ ਨਾਲ ਨਾਲ ਉੱਥੇ ਕੁੱਟੀ ਜਾਣੇ ਆ, ਕੁੱਟ ਕੁੱਟ ਕੇ ਜਿਵੇਂ ਐਵੇਂ ਕੁੱਟ ਕੁੱਟ ਕੇ ਦਬਾੜ ਜੇ ਕਰ ਕਰਕੇ ਉੱਧਰ ਕੱਢੀ ਜਾਣੇ ਆ, ਉੱਧਰ ਇੱਧਰ ਭੁੰਨੀ ਜਾਣੀ ਆ। ਤਿੰਨ ਚਾਰ ਜਣੇ ਵੀ ਕੋਈ ਨਾ ਕੋਈ ਕੰਮ, ਕੋਈ ਕੁਛ ਕਰਨ ਡਿਆ, ਕੋਈ ਕੁਛ ਕਰਨ ਡਿਆ, ਮੇਰੇ ਵਰਗੇ ਨੂੰ ਵੀਡੀਓ ਬਣਾਉਣੀ ਪੈਂਦੀ ਲੱਗ ਪੈ ਗਏ। ਬਸ ਐਵੇਂ ਭੁੰਨੀ ਜਾਈ ਜਾਣਾ ਅਤੇ ਕੱਢੀ ਜਾਣਾ, ਬਸ ਇੱਕ ਜਣੇ ਨੂੰ ਇਹਨੂੰ ਫੜਨਾ ਪੈਂਦਾ। ਐਕਸਦੀਪ ਇੱਧਰ ਹੋ ਗਈ, ਚੱਲ ਹੱਟ ਪਿੱਛੇ। ਮੇਰੇ ਵਰਗੇ ਨੂੰ ਇੱਥੇ ਗੈਸ ਵੀ ਘੱਟ ਕਰਨਾ ਪੈਂਦਾ ਵਾ, ਨਾਲੇ ਵੀਡੀਓ ਬਣਾਉਣੀ ਨਾਲੇ ਗੈਸ ਘੱਟ ਕਰਨਾ। ਅਤੇ ਉਸ ਤੋਂ ਬਾਅਦ ਗੂੰਦਾਂ, ਕੀ ਮੰਮੀ ਗੂੰਦ, ਅਤੇ ਗੂੰਦਾਂ ਭੁੰਨ ਲੈਣੀਆਂ ਐਵੇਂ। ਅਤੇ ਇਹ ਵੀ ਹਾਂਜੀ ਉਹਦੇ ਵਾਂਗੂ ਹੀ ਕੱਢ ਕੇ ਮਖਾਣੇ ਵਾਂਗੂ ਪੁੱਟ ਲੈਣੀ ਆ, ਇਹਨੂੰ ਵੀ ਸੇਮ ਹੀ ਉਂਝ ਕੱਢ ਕੱਢ ਕੇ ਉਹਦੇ 'ਚ ਪਾਈ ਜਾਣਾ ਬਸ। ਵੀਡੀਓ ਥੋੜ੍ਹੀ ਜਿਹੀ ਲੌਂਗ ਹੋ ਸਕਦੀ ਹੈ ਕਿਉਂਕਿ ਕਾਫੀ ਇਸ ਮਟੀਰੀਅਲ ਪਾਉਣਾ ਪੈਂਦਾ ਥੋੜ੍ਹਾ ਥੋੜ੍ਹਾ ਕਰਕੇ, ਤਾਂ ਸਾਰਾ ਤੁਹਾਨੂੰ ਦਿਖਾਵਾਂਗੇ। ਅਤੇ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ,
ਗੂੰਦ ਤੋਂ ਬਾਅਦ ਕਮਰ ਕੱਸ, ਕਮਰ ਕੱਸ ਵੀ ਐਂਜੀ ਭੁੱਲ ਲੈਣੀ ਹੈ। ਇਹ ਵੀ ਐਂਜੀ ਕੱਢ ਕੇ ਅਤੇ ਉਹ 'ਚ ਕੁੱਟ ਲੈਣੀ ਹੈ ਕਮਰ ਕੱਸ ਵੀ। ਉਹਦੇ ਬਾਅਦ ਜਿੰਨਾ ਵੀ ਘਿਓ ਆਪਾਂ ਇਹਦੇ 'ਚ ਪਾਉਣਾ ਵਾ, ਸਾਰੇ ਦਾ ਸਾਰਾ ਘਿਓ ਇਹਦੇ 'ਚ ਪਾ ਲੈਣਾ ਵਾ, ਕਿਉਂਕਿ ਪਹਿਲਾਂ ਥੋੜ੍ਹਾ ਘਿਓ ਪਾਇਆ ਸੀ ਸਮਾਨ ਭੁੰਨਣ ਕਰਕੇ। ਹੁਣ ਆਪਾਂ ਏ ਟੂ ਜੈਡ ਜਿੰਨਾ ਵੀ ਘਿਓ ਪਾਉਣਾ ਇਹਦੇ 'ਚ 3 ਕਿਲੋ ਦਾ 3 ਕਿਲੋ ਪਾ ਦੇਣਾ ਵਾ ਹੁਣ। ਅਤੇ ਸਾਰਾ ਫਿਰ ਘਿਓ ਪਾ ਕੇ ਅਤੇ ਉਸ ਤੋਂ ਬਾਅਦ ਪਾ ਦੇਣਾ ਹੈ ਆਟਾ। ਆਟਾ ਕਿੰਨਾ ਕੰਮ ਹੈ? 2 ਕਿਲੋ ਦੇ ਗੇੜ ਆਟਾ ਹੈ। ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਪਹਿਲਾਂ ਘੋਲ ਕੇ ਚੰਗੀ ਤਰ੍ਹਾਂ, ਅਤੇ ਉਸ ਤੋਂ ਬਾਅਦ ਫਿਰ ਇਹਨੂੰ ਚੰਗੀ ਤਰ੍ਹਾਂ ਹੁਣ ਆਟਾ ਪਾ ਕੇ ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਸਾੜ ਲੈਣਾ ਇੱਕ ਵਾਰੀ ਪੂਰਾ ਭੁੰਨ ਲੈਣਾ ਚੰਗੀ ਤਰ੍ਹਾਂ ਭੁੰਨ ਭੁੱਜੂਗਾ ਨਾ। ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਮਟੀਰੀਅਲ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਸਾਰਾ ਕੁਛ ਕਰਕੇ ਉਸ ਤੋਂ ਬਾਅਦ ਜਿੰਨਾ ਵੀ ਸਮਾਨ ਆ ਸਾਰਾ ਇਕੱਠਾ ਕਰ ਲੈਣਾ ਹੈ ਵਿੱਚ ਦੇਸੀ ਖੰਡ ਆ ਗਈ ਅਤੇ ਜਿੰਨਾ ਵੀ ਜੋ ਵੀ ਮਟੀਰੀਅਲ ਹੈ ਸਾਰਾ ਇਕੱਠਾ ਕਰ ਲਿਆ। ਅਤੇ ਇੱਧਰ ਜਿਹੜਾ ਆਪਾਂ ਆਟਾ ਪਾਇਆ ਦੇਸੀ ਘਿਓ ਦੇ ਵਿੱਚ ਭੁੰਨਣ ਦੇ ਵਿੱਚ ਵੀ ਖੁਸ਼ਬੂ ਆਉਣ ਲੱਗ ਗਈ ਹੈ ਅਤੇ ਬਹੁਤ ਵਧੀਆ। ਥੋੜ੍ਹੀ ਜਿਹੀ ਕਸਰ ਹੋਰ ਆ ਉਹ ਵੀ ਕੱਢ ਦਾਂਗੇ, ਕਸਰ ਪੂਰੀ ਹੋ ਗਈ ਅਤੇ ਉਸ ਤੋਂ ਬਾਅਦ ਫਿਰ ਉਹ ਮਟੀਰੀਅਲ ਉਹਦੇ 'ਚ ਪਾਵਾਂ ਜੋ ਵੀ ਭੁੰਨੇ ਤੁਹਾਨੂੰ ਕਿੱਦਾਂ ਪਾਉਣਾ। ਖੰਡ ਖੰਡ ਇਹਦੇ ਵਿੱਚ ਇੱਕ ਪੈਕਟ ਰਹਿ ਗਿਆ ਸੀ ਅਤੇ ਦੇਸੀ ਘਿਓ ਹੋ ਜਾਵੇ ਖੰਡ ਦਾ, ਉਹ ਵੀ ਆਪਾਂ ਹੁਣ ਇੱਕ ਪਾ ਦਈਏ। 3 ਕਿਲੋ ਘਿਓ ਵੀ ਗੁੱਸਾ ਕੀ ਬਣ ਰਿਹਾ ਵਾ? ਹਲਵਾ? ਹਲਵਾ ਨਹੀਂ, ਪੰਜੀਰੀ। ਪੰਜੀਰੀ ਬਣ ਰਹੀ ਹਲਵਾ, ਭੁੱਜੀਆ ਲਾਲ ਹੋ ਗਿਆ ਵਾ ਰੰਗ ਇਹਦਾ, ਅਤੇ ਖੁਸ਼ਬੂ ਵੀ ਬਹੁਤ ਵਧੀਆ ਆਉਣ ਲੱਗ ਗਈ। ਉੱਧਰ ਮਟੀਰੀਅਲ ਤਿਆਰ ਆ ਸਾਰਾ। ਤਸੱਲੀ ਨਾ, ਅਤੇ ਹੁਣ ਇਹਦੇ ਵਿੱਚ ਮਟੀਰੀਅਲ ਜਿਹੜਾ ਵਾ ਸਾਰਾ ਇਹਦੇ 'ਚ ਆਪਾਂ ਪਾ ਦੇਣਾ। ਥੱਲੇ ਲੈਣ, ਹਾਂ ਇਹ ਸਾਰੇ ਦਾ ਸਾਰਾ ਮਟੀਰੀਅਲ ਇਹਦੇ ਵਿੱਚ ਪਾ ਦੇਣਾ। ਚਲੋ ਜੀ, ਸਾਰੇ ਦਾ ਸਾਰਾ ਮਟੀਰੀਅਲ ਮੈਨੂੰ ਬੰਦ, ਗੈਸ ਘੱਟ ਕਰਦਾ, ਗੈਸ ਬੰਦ ਕਰ ਦੇਣਾ ਕਿਉਂਕਿ ਕੜਾਹੀ ਵੈਸੇ ਗਰਮ ਬਹੁਤ ਹੁੰਦੀ ਆ ਅਤੇ ਸਾਰਾ ਮਟੀਰੀਅਲ ਗਰਮ ਆ ਅਤੇ ਥੱਲੇ ਨਾ ਲੱਗੇ ਹੋਣੇ ਅਤੇ ਹਿਲਾਉਣਾ ਥੋੜ੍ਹਾ ਜਿਹਾ ਥੋੜ੍ਹਾ ਹੋ ਜਾਂਦਾ ਔਖਾ, ਇਸ ਕਰਕੇ ਇਹਨੂੰ ਹਿਲਾਈ ਦੇਣਾ ਆਪਾਂ ਚੰਗੀ ਤਰ੍ਹਾਂ ਰਲ ਜਾਣਾ। ਅਤੇ ਇਹ ਥੋੜ੍ਹੀ ਦੇਰ ਨੂੰ ਆਪਣੀ ਪੰਜੀਰੀ ਤਿਆਰ ਹੈ। ਪੰਜੀਰੀ ਉਰਫ ਭਾਂਡਾ, ਅਤੇ ਪੰਜੀਰੀ ਤਿਆਰ ਹੈ। ਇਸ ਟਾਈਮ ਰਲਾ ਤਾ ਸਾਰਾ, ਅਤੇ ਜਿੰਨਾ ਚਿਰ ਕੜਾਹੀ ਠੰਡੀ ਨਹੀਂ ਹੁੰਦੀ ਉਹਨਾਂ ਚਿਰ ਨਾ ਇਹਦੇ 'ਚ ਸਿੱਪੀ ਮਾਰੀ ਜਾਓ ਕਿਉਂਕਿ ਥੱਲੇ ਲੱਗਣ ਦੇ ਚਾਂਸ ਜ਼ਿਆਦਾ ਹੁੰਦੇ ਆ। ਅਤੇ ਲਾਸਟ ਦੇ ਵਿੱਚ ਆਪਾਂ ਪਾ ਦੇਣੇ ਮਣਕੇ ਕਿਉਂਕਿ ਇਹ ਸੇਕ ਘੱਟ ਅਤੇ ਫਿਰ ਵੈਸੇ ਇਕੱਠੇ ਜਿਹੇ ਹੋ ਜਾਂਦੇ, ਇਸ ਕਰਕੇ ਲਾਸਟ 'ਚ ਆਪਾਂ ਮਣਕੇ ਪਾ ਦੇਣੇ। ਅਤੇ ਹੁਣ ਆਪਣੀ ਪੰਜੀਰੀ ਕੰਪਲੀਟ ਤਿਆਰ ਹੈ। ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ
ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ, ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਥੈਂਕ ਯੂ, ਮਿਹਰਬਾਨੀ ਜੀ।